ਹੈਲੋ ਗਾਇਸ, ਅੱਜ ਅਸੀਂ ਬਣਾਵਾਂਗੇ ਕਟਹਰ ਦੀ ਸਬਜ਼ੀ। ਦੇਖੋ, ਜਿਵੇਂ ਤੁਸੀਂ ਦੇਖ ਸਕਦੇ ਹੋ, ਆਇਲ ਗਰਮ ਹੋ ਚੁੱਕਾ ਹੈ। ਹੁਣ ਇਹਦੇ ਵਿੱਚ ਪਏਗਾ ਥੋੜ੍ਹਾ ਜਿਹਾ ਜ਼ੀਰਾ, ਠੀਕ ਹੈ। ਇਸ ਤੋਂ ਬਾਅਦ ਅਸੀਂ ਪਾਵਾਂਗੇ ਚੌਪਡ ਕੀਤੇ ਹੋਏ ਅਨੀਅਨ, 4 ਤੋਂ 5 ਅਨੀਅਨਸ ਨੂੰ ਚੌਪ ਕਰਕੇ ਅਸੀਂ ਇਹਦੇ ਵਿੱਚ ਪਾਵਾਂਗੇ। ਦੈਨ ਉਹਨੂੰ ਮਿਕਸ ਕਰਾਂਗੇ। ਅਨੀਅਨ ਨੂੰ ਮਿਕਸ ਕਰ ਰਹੀ ਹਾਂ ਮੈਂ, ਤਦ ਤੱਕ ਅਸੀਂ ਬਰੀਕ ਬਰੀਕ ਟਮਾਟਰ ਅਤੇ ਅਦਰਕ ਨੂੰ ਚੌਪਡ ਕਰ ਲਵਾਂਗੇ, ਠੀਕ ਹੈ। ਇਹ ਸਬਜ਼ੀ ਖਾਣ ਵਿੱਚ ਬਹੁਤ ਵਧੀਆ ਬਣਦੀ ਹੈ, ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ। ਹੁਣ ਤੁਸੀਂ ਦੇਖ ਸਕਦੇ ਹੋ, ਅਨੀਅਨ ਥੋੜ੍ਹਾ ਜਿਹਾ ਗੋਲਡਨ ਬਰਾਊਨ ਹੋ ਚੁੱਕਾ ਹੈ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਟਮੈਟੋ ਪਿਊਰੀ, ਟਮੈਟੋ ਅਤੇ ਅਦਰਕ ਦੀ ਪਿਊਰੀ। ਅੱਛੀ ਤਰ੍ਹਾਂ ਮਿਕਸ ਕਰਾਂਗੇ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਥੋੜ੍ਹੀ ਜਿਹੀ MDH ਦੀ ਦੇਗੀ ਮਿਰਚ, ਦੇਖ ਸਕਦੇ ਹੋ ਕਲਰ, ਇਹਦਾ ਕਲਰ ਬਹੁਤ ਵਧੀਆ ਹੁੰਦਾ ਹੈ। ਥੋੜ੍ਹਾ ਜਿਹਾ ਕਿਚਨ ਕਿੰਗ ਜਸਟ ਫੋਰ ਟੇਸਟ, ਹੁਣ ਮੈਂ ਪਾਵਾਂਗੀ ਇਹਦੇ ਵਿੱਚ ਨਮਕ ਸਵਾਦ ਅਨੁਸਾਰ। ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਜ਼ਿਆਦਾ ਘੱਟ ਕਰ ਸਕਦੇ ਹੋ। ਥੋੜ੍ਹੀ ਜਿਹੀ ਹਲਦੀ, ਟੀਸਪੂਨ ਲਗਾ ਲਓ ਬਸ, ਮਿਕਸ ਕਰਾਂਗੇ। ਹੁਣ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਹੋਣ ਦੇਵਾਂਗੇ ਤਾਂ ਕਿ ਜਿਹੜਾ ਆਇਲ ਹੈ, ਮਸਾਲਾ ਜਿਹੜਾ ਆਇਲ ਛੱਡ ਦੇਵੇ। ਜਦੋਂ ਮਸਾਲਾ ਆਇਲ ਛੱਡੇਗਾ ਫਿਰ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੀ ਕਟਹਰ ਦੀ ਸਬਜ਼ੀ। ਮਸਾਲਾ ਬਹੁਤ ਟੈਂਪਟਿੰਗ ਲੱਗ ਰਿਹਾ ਦੇਖਣ 'ਚ, ਬਹੁਤ ਵਧੀਆ ਆ ਰਹੀ ਹੈ, ਤੁਹਾਨੂੰ ਵਿਜ਼ੀਬਲ ਹੋਏ। ਹੁਣ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਨੇ ਆਇਲ ਛੱਡ ਦਿੱਤਾ, ਠੀਕ ਹੈ।
ਮਸਾਲਾ ਵੀ ਅੱਛੀ ਤਰ੍ਹਾਂ ਭੁੰਨ ਚੁੱਕਿਆ ਹੈ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੀ ਕੱਟੀ ਹੋਈ ਕਟਹਲ। ਅਸੀਂ ਕਟਹਲ ਨੂੰ ਅੱਛੀ ਤਰ੍ਹਾਂ ਧੋ ਕੇ ਛੋਟਾ ਛੋਟਾ ਕੱਟ ਲਿਆ, ਛੋਟੇ ਛੋਟੇ ਪੀਸਿਸ 'ਚ। ਇਹਨੂੰ ਇੱਕ ਬਣਾਉਣ ਦਾ ਇੱਕ ਹੋਰ ਮੈਥਡ ਹੈ ਕਿ ਤੁਸੀਂ ਇਸਨੂੰ ਫਰਾਈ ਵੀ ਕਰ ਸਕਦੇ ਹੋ। ਮੈਂ ਇਸ ਵਾਰੀ ਘੱਟ ਓਇਲ ਯੂਜ਼ ਕਰਕੇ ਸਬਜ਼ੀ ਬਣਾਉਣਾ ਚਾਹੁੰਦੀ ਹਾਂ, ਤਾਂ ਕਰਕੇ ਮੈਂ ਇਹਦੇ ਵਿੱਚ ਇਹਨੂੰ ਫਰਾਈ ਨਹੀਂ ਕਰ ਰਹੀ ਇਸ ਵਾਰ। ਇਸ ਵਾਰੀ ਮੈਨੂੰ ਸਿਰਫ ਇਸ ਤਰ੍ਹਾਂ ਕੱਟ ਕਰਕੇ ਡਾਲਾਂਗੀ ਅਤੇ ਥੋੜ੍ਹਾ ਜਿਹਾ ਪਾਣੀ ਡਾਲ ਕੇ ਇਹਨੂੰ ਮੀਡੀਅਮ ਸੇਕ 'ਤੇ ਬਣਾਵਾਂਗੀ, ਤਾਂ ਕਿ ਅੱਛੀ ਤਰ੍ਹਾਂ ਗਲ ਵੀ ਜਾਏ ਅਤੇ ਜ਼ਿਆਦਾ ਓਇਲ ਵੀ ਯੂਜ਼ ਨਾ ਹੋਏ। ਇਹਦਾ ਸੈਕਿੰਡ ਮੈਥਡ ਇਹ ਹੈ ਕਿ ਤੁਸੀਂ ਇਹਨੂੰ ਡੀਪ ਫਰਾਈ ਕਰਕੇ ਫਿਰ ਇਸ ਵਿੱਚ ਡਾਲ ਸਕਦੇ ਹੋ, ਬਟ ਮੈਂ ਅੱਜ ਅਲੱਗ ਮੈਥਡ ਯੂਜ਼ ਕਰ ਰਹੀ ਹਾਂ। ਮੈਂ ਇਸਨੂੰ ਸਿੰਪਲ ਵਾਸ਼ ਕਰਕੇ ਐਂਡ ਪੀਸਿਸ 'ਚ ਕੱਟ ਕਰ ਲਿਆ। ਮੈਂ ਇਸਨੂੰ ਇਹਦੇ ਵਿੱਚ ਐਡ ਕਰਾਂਗੀ। ਇਸਨੂੰ ਅੱਛੀ ਤਰ੍ਹਾਂ ਮਿਕਸ ਕੀਤਾ ਜਾਏਗਾ। ਮਿਕਸ ਕਰਨ ਤੋਂ ਬਾਅਦ ਮੈਂ ਇਸ ਵਿੱਚ ਐਡ ਕਰਾਂਗੀ ਵਾਟਰ ਅਕੋਰਡਿੰਗ ਟੂ ਦਾ ਡਿਸ਼, ਜਸਟ ਵੇਟ ਫੋਰ 2 ਮਿੰਟ। ਹੁਣ ਇਸਨੂੰ ਮੈਂ ਅੱਛੀ ਤਰ੍ਹਾਂ ਮਿਕਸ ਕਰ ਦੇਵਾਂਗੀ। ਇਸਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮੈਂ ਇਸ ਵਿੱਚ ਐਡ ਕਰਾਂਗੀ ਪਾਣੀ, ਜਿੰਨਾ ਕੁ ਜ਼ਰੂਰਤ ਹੋਏਗੀ ਇਹਨੂੰ ਗਲਣ ਵਾਸਤੇ। ਬਸ ਮਸਾਲਾ ਤਾਂ ਠੀਕ ਲੱਗ ਰਿਹਾ, ਗ੍ਰੇਵੀ ਵੀ ਅੱਛੀ ਬਣੇਗੀ। ਮੈਂ ਹੁਣ ਇਸ ਵਿੱਚ ਐਡ ਕਰਾਂਗੀ ਵਾਟਰ। ਮੈਂ ਇਸ ਵਿੱਚ ਇੱਕ ਵਾਟਰ ਪਾ ਰਹੀ ਹਾਂ ਸਿਰਫ। ਅਗਰ ਮੈਨੂੰ ਲੱਗਿਆ ਜ਼ਰੂਰਤ ਹੋਈ ਤਾਂ ਮੈਂ ਹੋਰ ਐਡ ਕਰਾਂਗੀ, ਨਹੀਂ ਤਾਂ ਮੈਂ ਹਜੇ ਬਸ ਇੱਕ ਕੱਪ ਵਾਟਰ ਪਾ ਕੇ ਇਹਨੂੰ ਮਿਕਸ ਕਰਕੇ ਇਹਨੂੰ ਬਸ ਕਵਰ ਕਰ ਦੇਵਾਂਗੀ। ਵਿਸਲ ਨਹੀਂ ਇਹਨੂੰ ਕਰਵਾਉਂਗੀ, ਸਿਰਫ ਉੱਪਰੋਂ ਕਵਰ ਕਰਕੇ ਇਹਨੂੰ ਬਣਨ ਦੇਵਾਂਗੀ ਮੀਡੀਅਮ ਫਲੇਮ 'ਤੇ। ਠੀਕ ਹੈ, ਫਿਰ ਦੇਖਦੇ ਹਾਂ ਥੋੜ੍ਹੀ ਦੇਰ ਬਾਅਦ, 10-15 ਮਿੰਟ ਬਾਅਦ ਕੀ ਬਣਦਾ ਹੈ। ਓਕੇ, ਸਟੇ ਟਿਊਨ। ਲਓ ਜੀ, ਹੁਣ ਅਸੀਂ ਚੈੱਕ ਕਰਦੇ ਹਾਂ। ਵਾਓ, ਤੁਸੀਂ ਦੇਖ ਸਕਦੇ ਹੋ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ। ਸਾਨੂੰ ਕੁਝ ਵੀ ਪਾਉਣ ਦੀ ਜ਼ਰੂਰਤ ਨਹੀਂ ਹੈ ਹੁਣ, ਪਾਣੀ ਵਗੈਰਾ ਕੁਝ ਵੀ ਨਹੀਂ। ਗ੍ਰੇਵੀ ਇੰਨੀ ਅੱਛੀ ਬਣੀ ਹੈ। ਹੁਣ ਅਸੀਂ ਇੱਕ ਲਾਸਟ ਚੀਜ਼ ਇਹਦੇ ਵਿੱਚ ਐਡ ਕਰਨੀ ਹੈ, ਉਹ ਹੈ ਹਰਾ ਧਨੀਆ। ਸਰਦੀਆਂ 'ਚ ਹਰਾ ਧਨੀਆ ਮਸਟ ਹੈ, ਹਰ ਸਬਜ਼ੀ 'ਚ ਪਾਓ, ਟੇਸਟ ਹੀ ਵੱਖਰਾ ਹੁੰਦਾ ਹੈ। ਹੁਣ ਮੈਂ ਇਹਨੂੰ ਸਰਵ ਕਰਕੇ ਦਿਖਾਉਂਦੀ ਹਾਂ ਤੁਹਾਨੂੰ ਮਿਕਸ ਕਰਕੇ। ਓਕੇ, ਮੈਨੂੰ ਪਲੇਟ ਸਰਵ ਕਰ ਰਹੀ ਹਾਂ। ਤੁਸੀਂ ਵੀ ਇੱਕ ਵਾਰੀ ਬਣਾਓ, ਟਰਾਈ ਕਰੋ। ਜਸਟ ਲੁੱਕ ਐਟ ਦ ਗ੍ਰੇਵੀ, ਮਤਲਬ ਕਿੰਨੀ ਥਿੱਕ ਜੀ ਬਣੀ ਹੈ, ਯੂ ਨੋ। ਫਾਈਨਲੀ ਸਾਡੀ ਸਬਜ਼ੀ ਰੈਡੀ ਹੋ ਚੁੱਕੀ ਹੈ ਕਟਹਲ ਦੀ, ਤੁਸੀਂ ਦੇਖ ਸਕਦੇ ਹੋ।
ਥੈਂਕ ਯੂ ਸੋ ਮੱਚ ਗਾਇਜ਼। ਇਹੋ ਜਿਹੀਆਂ ਹੋਰ ਰੈਸਿਪੀਜ਼ ਲਈ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਆਪਣੇ ਆਪਣੇ ਫਰੈਂਡਸ ਨਾਲ, ਹਰ ਕਿਸੇ ਨਾਲ ਸ਼ੇਅਰ ਕਰੋ। ਥੈਂਕ ਯੂ ਸੋ ਮੱਚ।